ਮੈਂ ਤੁਹਾਡਾ ਹਰਜਾ ਤੇ ਹਰੇਕ ਮੰਡੇ ਸੱਤਵੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ ਐਨਆਰਆਈਆਂ ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾ ਸਵਾਗਤ ਹੈ ਜੀ ਨੂੰ ਵੈਲਕਮ ਟੂ ਪ੍ਰੋਗਰਾਮ ਗੱਲ ਸਾਡੀ ਹੋ ਰਹੀ ਹੈ ਸਿਹਤ ਬਾਰੇ ਖੁਰਾਕਾਂ ਬਾਰੇ ਐਕਸਰਸਾਈਜ਼ ਬਾਰੇ ਕਿ ਤੁਸੀਂ ਐਜ ਯੂ ਕੈਨ ਸੀ ਓ ਫਰੀ ਆਫ ਦਮ ਆਰ ਇਨ ਮੀ ਸਾਰੇ ਆਈ ਡੋਨਟ ਐਕਸਰਸਾਈਜ਼ ਐਂਡ ਆਈ ਲਵ ਮਾਈ ਖੁਰਾਕ ਐਂਡ ਵਾਟਸ ਅ ਡਾਇਟ ਚਲੋ ਗੱਲ ਸਾਡੀ ਹੋ ਰਹੀ ਮਨਜੀਤ ਨਾਲ ਐਂਡ ਹੀ ਇਜ਼ ਦ ਐਕਸਪਰਟ ਇਨ ਦਿਸ ਫੀਲਡ ਸਟੱਡੀ ਵੀ ਉਸੇ ਚੀਜ਼ ਕੀਤੀ ਆ ਹੁਣ ਕੰਮ ਵੀ ਅਸੀਂ ਫੀਲਡ ਵਿੱਚ ਕਰਦੇ ਹਾਂ ਮਨਜੀਤ ਅਸੀਂ ਗੱਲ ਕਰਦੇ ਸੀਗੇ ਬ੍ਰੈਕਫਾਸਟ ਦੀ ਐਂਡ ਪਹਿਲਾਂ ਮੈਂ ਦੱਸ ਅੰਡੇ ਜਿਹੜੇ ਆ ਨਾ ਇੱਥੇ ਹੁਣ ਕਈ ਮੰਮੀਆਂ ਦੇਖਦੀਆਂ ਹੋਣੀਆਂ ਪ੍ਰੋਗਰਾਮ ਉਹਨਾਂ ਦੇ ਮੁੰਡੇ ਜਿੰਮ ਜੁੰਮ ਜਾਂਦੇ ਆ ਨਾ ਐਂਡ ਇੰਡੀਆ 'ਚ ਸਾਨੂੰ ਦੱਸਦੇ ਹੁੰਦੇ ਆ ਕਿ ਜਿਹੜਾ ਅੰਡੇ ਦਾ ਯੈਲੋ ਆ ਉਹ ਦੁੱਧ 'ਚ ਘੋਲ ਕੇ ਪੀ ਕੇ ਉਹ ਪੀਓ ਉਹਦਾ ਸਟਰੈਂਥ ਬਹੁਤ ਮਿਲਦੀ ਸਾਨੂੰ ਇੱਥੇ ਸਾਨੂੰ ਦੱਸਦੇ ਆ ਕਿ ਯੈਲੋ ਜਿਹੜਾ ਆ ਉਹ ਅੰਡੇ ਦਾ ਬਾਹਰ ਸਿੱਟੋ ਅਤੇ ਚਿੱਟਾ ਖਾਓ ਅਤੇ ਚਿੱਟੇ ਦਾ ਜੀ ਆਮਲੇਟ ਬਣਾਓ ਜਾਂ ਜੋ ਵੀ ਆ ਉਬਾਲ ਕੇ ਉਹਨਾਂ ਨੂੰ ਖਾਓ ਇਹ ਇੱਥੇ ਕੰਮ ਪੁੱਠਾ ਕਿਉਂ ਆ ਕਿਉਂਕਿ ਜਿੰਨੇ ਭਲਵਾਨ ਅਸੀਂ ਦੇਖੇ ਹੋ ਆ ਆਮ ਤੌਰ 'ਤੇ ਇੱਕ ਤਾਂ ਘੇ ਬਹੁਤ ਖਾਂਦੇ ਮੀਟ ਬਹੁਤ ਖਾਂਦੇ ਤਾਂ ਅੰਡੇ ਘੋਲ ਕੇ 6-7 ਜਿਹੜੀ ਫੈਕਟ ਹੈਗੀ ਆ ਜਿਹੜਾ ਅੰਡੇ ਆ ਬਹੁਤ ਵਧੀਆ ਚੀਜ਼ ਆ ਜਿਹੜਾ ਪੂਰਾ ਅੰਡਾ ਆ ਦ ਵਾਈਟ ਤਾਂ ਨਾ ਦ ਯੋਕ ਦੀ ਯੈਲੋ ਬੇਟ ਹੈ ਨਾ ਉਹ ਹੈਗੀ ਆ ਕੰਪਲੀਟ ਅਮੀਨੋ ਐਸਿਡ ਪ੍ਰੋਫਾਈਲ ਤੁਸੀਂ ਆਪੇ ਸੋਚੋ ਜਿਹੜਾ ਅੰਡਾ ਆ ਦੈਟਸ ਗੋਇੰਗ ਟੂ ਪ੍ਰੋਡਿਊਸ ਅ ਲਾਈਫ ਅੰਡੇ ਦੇ ਵਿੱਚ ਸਾਰਾ ਕੁਛ ਹੈਗਾ ਉਹ ਅਮੀਨੋ ਐਸਿਡ ਸੋ ਸਾਰੀ ਜਾਨ ਆ ਵਿੱਚ ਬੇਸਿਕਲੀ ਹੈ ਨਾ ਸੋ ਜਿਹੜਾ ਅੰਡਾ ਆ ਉਹ ਪੂਰਾ ਖਾਣਾ ਚਾਹੀਦਾ ਬਸ ਇੱਕ ਬਟ ਵੀ ਹੈਗਾ ਆ ਵਿੱਚ ਹੈ ਨਾ ਉਹ ਹੈਗਾ ਆ ਅਤੇ ਜਿਹੜੀ ਕੋਲੈਸਟ੍ਰੋਲ ਅੰਡੇ ਦੇ ਵਿੱਚ ਹੈਗੀ ਹੈ ਦੋ ਟਾਈਪਸ ਆਫ ਮੇਨ ਕੋਲੈਸਟ੍ਰੋਲ ਹੁੰਦੀ ਆ ਐਲ ਡੀ ਐਚ ਲੋਅਰ ਡੈਂਸਿਟੀ ਲਿਪਿਡਸ HDL ਜਿਹੜੀ LDH ਉਹ ਬੈਡ ਕੋਲੈਸਟ੍ਰੋਲ ਆ ਉਹ ਹੈ ਜਿਹੜਾ ਡਾਕਟਰ ਕਹਿੰਦਾ ਹੁੰਦਾ ਤੁਹਾਡੀ ਕੋਲੈਸਟ੍ਰੋਲ ਬਹੁਤ ਹਾਈ ਹੈ ਨਾ ਹੈ ਨਾ ਜਿਹੜਾ HDL ਆ ਉਹ ਐਕਚੁਲੀ ਅੰਡੇ ਦੇ ਯੋਕ ਦੇ ਵਿੱਚ ਹੈਗਾ ਆ ਅੰਡਾ ਰੇਜ਼ਿਸ ਯੂਰ ਟੋਟਲ ਕੋਲੈਸਟ੍ਰੋਲ ਬਟ ਜਿਹੜੀ ਬੈਡ ਕੋਲੈਸਟ੍ਰੋਲ ਆ ਉਹਨੂੰ ਲੋਅ ਕਰਦੀ ਆ ਮੈਂ ਔਨ ਐਜ਼ ਅ ਜਨਰਲ ਕਹੂੰਗਾ ਦਿਨ ਦੇ ਵਿੱਚ ਦੋ ਯੈਲੋ ਖਾਣੇ ਆ ਹੈ ਨਾ ਉਹ ਤੋਂ ਵੱਧ ਨਹੀਂ ਖਾਣੇ ਜਿਹੜੇ ਅੰਡੇ ਆ ਯੂ ਮਸਟ ਆਈ ਬਿਲੀਵ ਬੋਇਲ ਬੋਇਲ ਕਰੋ ਜੇ ਉਹ ਸਟੀਮ ਕਰੋ ਜੇ ਉਹ ਕੀ ਹੁੰਦੇ ਪਾਊਚ ਪਾਊਚ ਕਰੋ ਜੇ ਆਪਾਂ ਸ਼ੈਲੋ ਫਰਾਈ ਕਰ ਦਿੱਤਾ ਸਮਟਾਈਮਸ ਦੈਟਸ ਨੋਟ ਗੁੱਡ ਕਿਉਂਕਿ ਯਾਰ ਕਿਉਂਕਿ ਜਿਹੜੇ ਅੰਡਾ ਹੁੰਦਾ ਜਿਹਨੂੰ ਤੁਸੀਂ ਕਰੈਕ ਕਰ ਦਿੱਤਾ ਤਾਂ ਸਰਫੇਸ ਵੋਲਿਊਮ ਟੂ ਏਰੀਆ ਰੇਸ਼ੀਓ ਘੱਟ ਹੋ ਜਾਂਦਾ ਸੋ ਦੈਨ ਇਟ ਬਿਕਮਸ ਕੁਆਇਟ ਕਾਰਸਿਨੋਜੈਨਿਕ ਬਿਕੋਜ਼ ਜਿਹੜੀ ਤੇਲ ਹੈ ਉਹ ਵਿੱਚ ਵੱਜ ਜਾਂਦੀ ਆ ਵਾਲ ਦੇ ਅੰਡੇ ਠੀਕ ਹੈ ਯਾ ਉਹ ਫਿਰ ਜਿਹੜੀ ਸ਼ੈਲੋ ਫਰਾਈ ਉਹ ਅੰਡੇ ਨੂੰ ਡੀਪ ਫਰਾਈ ਕਰ ਦਿੰਦੀ ਆ ਬਟ ਜੇ ਆਪਾਂ ਫਰਾਈ ਕਰਨਾ ਹੈ ਦੈਨ ਆਈ ਰੈਕਮੈਂਡ ਆਪਾਂ ਗੁੱਡ ਓਲਡ ਫੈਸ਼ਨ ਬਟਰ ਜੇ ਬਟਰ ਘੀ ਥੋੜ੍ਹਾ ਦੱਬ ਦੱਬ ਕੇ ਨਹੀਂ ਪਾਉਣਾ ਹੈ ਨਾ ਥੋੜ੍ਹਾ ਥੋੜ੍ਹਾ ਵਿੱਚ ਪਾਉਣਾ ਸਪੈਰਿੰਗਲੀ ਕਿਉਂਕਿ ਜਿਹੜੀ ਹੁੰਦੀ ਆ ਸਮੋਕ ਪੁਆਇੰਟ ਫੈਟ ਦੀ ਉਹ ਬਟਰ ਕੋਕੋਨਟ ਓਇਲ ਉੱਦਾਂ ਜਿਹੜੇ ਸੋਲਿਡ ਫੈਟ ਹੁੰਦੇ ਆ ਉਹਨਾਂ 'ਚ ਵਧੀਆ ਆ ਸਾਡੀ ਬੋਡੀ ਨੂੰ ਸੈਚੂਰੇਟਿਡ ਫੈਟ ਦੀ ਲੋੜ ਆ ਵੀ ਨੀਡ ਇਟ ਹੈ ਨਾ ਸੇਮ ਵਿਦ ਜਿਹੜੇ ਮੀਟ ਖਾਂਦੇ ਆ ਉਹ ਕਹਿੰਦੇ ਆ ਰੈੱਡ ਮੀਟ ਨਾ ਖਾਇਆ ਕਰੋ ਬਹੁਤ ਲੋਕ ਕਹਿੰਦੇ ਕਿ ਪੋਰਕ ਨਹੀਂ ਅੱਛਾ ਲੈਮ ਨਹੀਂ ਅੱਛਾ ਬੀਫ ਨਹੀਂ ਅੱਛਾ ਜੇ ਤੁਸੀਂ ਚਿਕਨ ਤਾਂ ਮੱਛੀ ਅੱਛੀ ਆ ਜੇ ਤੁਸੀਂ ਖਾਂਦੇ ਆ ਮੀਟ ਹਾਂ ਫੇ ਜੀ ਸਾਹਿਬ ਕਿ ਤੁਸੀਂ ਖਾਓ ਜਿਹੜੀ ਮਰਜ਼ੀ ਮੀਟ ਤੁਸੀਂ ਖਾਣੀ ਆ ਕਿਉਂਕਿ ਇਹ ਅਗੇਨ ਹੈਜ਼ ਗੋਟ ਡਿਫਰੈਂਟ ਅਮੀਨੋ ਐਸਿਡ ਪ੍ਰੋਫਾਈਲ ਪਰ ਜਿਹੜਾ ਫੈਟ ਆ ਚਿੱਟਾ ਚਿੱਟਾ ਉਹ ਕੱਟ ਦੇਣਾ ਕੱਟ ਕੇ ਬਸ ਸਿੱਟੋ ਜਿਹੜਾ ਆਲ ਵਾਲੇ ਫੈਟ ਹਾਂ ਜੀ ਆਲ ਵਾਲੇ ਜਿਹੜਾ ਫੈਟ ਆ ਉਹ ਕੱਟ ਦੇਣਾ ਜਿਹੜਾ ਵਿੱਚ ਫੈਟ ਆ ਠੀਕ ਆ ਹਾਂ ਹਨਾ ਕਿਉਂਕਿ ਜ਼ਿਆਦਾ ਤਾਂ ਹੁੰਦਾ ਜੇ ਤੁਸੀਂ ਮੇਰੇ ਯਾਰ ਕੇ ਆ ਤੁਹਾਨੂੰ ਫੇਰ ਵੀ ਮੀਟ ਤੁਸੀਂ ਖਾਈ ਜਾਓ ਖਾਈ ਜਾਓ ਵਾਈ ਬਿਕਾਜ਼ ਐਟ ði ਐਂਡ ਆਫ ði ਯੂ ਨੀਡ ਟੂ ਗਿਵ ਯੂਰਸੈਲਫ ਅ ਬੈਲੈਂਸ ਦੈਟਸ ਓਨਲੀ ਫਾਈਵ ਐਕਸਰਸਾਈਜ਼ ਹਾਂ even if you don't exercise your body still needs fats it needs saturated fats and omega fats kyunki jehde apan vegetables khande ha right a lot of them have water soluble they all have water soluble and fat soluble vitamins so for example main broccoli khaya main koi fat khanda nahi kyunki main diet te ha right jehde broccoli de hage fat soluble
ਵਿਟਾਮਿਨ ਮੇਰੇ ਬੋਡੀ 'ਚ ਅਬਜ਼ੋਰਬ ਨਹੀਂ ਹੋਣੇ ਤਾਂ ਫਿਰ ਯੂਟੀਲਾਈਜ਼ ਨਹੀਂ ਹੋਣੇ, ਉਹ ਸਿੱਧੇ ਬਾਹਰ ਨਿਕਲ ਜਾਣੇ. ਰਾਈਟ, ਸੋ ਵੀ ਨੀਡ ਟੂ ਪੁੱਟ ਫੈਟ ਇਨ ਦੇਅਰ ਟੂ ਹੈਲਪ ਦੈਟ ਅਬਜ਼ੋਰਬ. ਤਾਂ ਪਾਣੀ ਵੀ ਬਹੁਤ ਮੋਸਟ ਇੰਪੋਰਟੈਂਟ ਚੀਜ਼ ਹੈ. ਪਾਣੀ, ਜਿਹੜੇ ਫਿਜ਼ੀ ਡਰਿੰਕ ਵਗੈਰਾ ਇਹ ਗੁੱਡ ਹੈ ਤੁਹਾਡੇ ਲਈ? ਜਿਹੜੇ ਕਾਰਬੋਨੇਟਿਡ ਵਾਟਰ ਹੈਗੀ ਆ ਉਹ ਸਾਨੂੰ ਖਰਾਬ ਕਰੂਗੀ. ਜਿਹੜੇ ਫਿਜ਼ੀ ਡਰਿੰਕਸ ਹੈਗੇ ਆ ਮੈਜੋਰਿਟੀ ਆਫ ਦਮ ਉਹਨਾਂ 'ਤੇ ਜਿਹੜੇ ਐਡਿਟਿਵਸ ਵਿੱਚ ਪਾਉਂਦੇ ਹੁੰਦੇ ਆ, ਜਿਹੜੇ ਫਲੇਵਰਸ ਐਂਡ ਕਲਰਸ, ਸਵੀਟਨੈਸ ਸਪੈਸ਼ਲੀ ਅਸਪਾਰਟੇਨ, ਐਸਪਰੀਨ ਕੇ, ਤੁਸੀਂ ਆਪੇ ਰਿਸਰਚ ਕਰ ਲਓ. ਦੇਰ ਸੋ ਮੈਨੀ ਡੈਥਸ ਵਿਦ ਦੈਮ. ਬਟ ਜਿਹੜੇ ਆ ਕੋਕਾ ਕੋਲਾ ਕੰਪਨੀ ਤੇ ਇਦਾਂ ਦੇ ਆ ਦੇ ਉਹ ਗੈਰ ਅਵਾਈ ਵੀ ਦੇ ਕਿਉਂਕਿ ਥੋੜਾ ਵਿੱਚ ਪਾਉਂਦੇ ਆ. ਅਜਿਹੇ ਡਰਿੰਕਾਂ ਤੇ ਲਿਖਿਆ ਹੁੰਦਾ ਡਾਇਟ, ਉਹ ਵੀ ਇੱਦਾਂ ਦੇ ਹੀ ਆ? ਉਹ ਵੀ ਇੱਦਾਂ ਦੇ. ਮੈਂ ਤਾਂ ਕਹਿੰਦਾ ਹੁੰਦਾ ਜਿਹੜੇ ਡਾਇਟ ਵਾਲੇ ਉਹ ਨਾ ਪੀਓ, ਜਿਹੜੇ ਫੁੱਲ ਫੈਟ ਆਏ ਆ ਜੇ ਤੁਸੀਂ ਪੀਣਾ ਆ ਉਹ ਪੀਓ. ਕਿਉਂਕਿ ਜਿਹੜਾ ਫੁੱਲ ਫੈਟ ਆਈਡੀਅਲੀ ਕੋਈ ਵੀ ਨਹੀਂ ਪੀਣਾ ਚਾਹੀਦਾ. ਆਈਡੀਅਲੀ ਪਾਣੀ ਪੀਓ, ਪਾਣੀ ਪੀਓ, ਪਾਣੀ ਪੀਓ, ਪਾਣੀ ਪੀਓ. ਤਾਂ ਪਾਣੀ ਹੈਲਪਸ ਵਿਦ ਦ ਡਾਈਜੈਸਟਿਵ ਸਿਸਟਮ. ਜੇ ਤੁਸੀਂ ਸ਼ਰਾਬ ਪੀਣੀ ਹੈ ਅਗੇਨ ਉਹ ਕੰਟਰੋਲ 'ਚ ਪੀਓ, ਤਾਂ ਪਾਣੀ ਦੇ ਨਾਲ ਪੀਓ. ਹੈਲਪ ਦ ਬੋਡੀ ਡਾਈਜੈਸਟ. ਮੈਂ ਕਹੂੰਗਾ ਚਲ ਮੈਨੂੰ 15 ਪੈਗ ਮੈਂ ਪੀਣੇ ਆ, ਪਰ ਉਹਦੇ 'ਚ ਪਾਉਣਾ ਮੈਂ ਡਾਇਟ ਕੋਕ ਕਿਉਂਕਿ ਮੈਂ ਡਾਇਟ 'ਤੇ ਹਾਂ. ਤਾਂ ਇਹ ਨਹੀਂ ਕਿ ਭਾਵਾਂ ਤੁਸੀਂ ਬੋਤਲਾਂ 2 ਪੀ ਦਿਓ ਡਾਇਟ ਕੋਕ ਪਾ ਦਿਓ ਵਿੱਚ. ਸਰ ਰੀਅਲੀ ਹੁਣ ਸ਼ਰਾਬ ਦੀ ਟੋਪਿਕ ਆ ਗਈ ਹੈ, ਸ਼ਰਾਬ ਵੀ ਲਿਮਿਟ ਵਿੱਚ ਪੀਣੀ ਚਾਹੀਦੀ ਹੈ? ਲਿਮਿਟ 'ਚ ਪੀਣੀ ਚਾਹੀਦੀ ਆ ਕੰਪਲੀਟਲੀ. ਕਿੰਨੀ ਲਿਮਿਟ ਦੀ ਗੱਲ ਹੁੰਦੀ? ਐਵਰੀਬਾਡੀ ਦੀ ਬੋਡੀ ਡਿਫਰੈਂਟ ਹੈਗੀ ਆ, ਬਟ ਔਨ ਐਨ ਐਵਰੇਜ ਹੋਣੀ ਚਾਹੀਦੀ ਹੈ ਵੇਅਰ ਯੂ ਆਰ ਸਟਿਲ ਅੰਡਰ ਕੰਟਰੋਲ. ਜੇ ਤੁਸੀਂ ਜ਼ਿਆਦਾ ਪੀ ਲਈ ਸ਼ਰਾਬ ਦਾ ਡਿੱਗੀ ਜਾਣਾ, ਹਿੱਲਣਾ ਪਣਾ ਡਿੱਗੀ ਜਾਣਾ, ਫਿਰ ਤਾਂ ਤੁਸੀਂ ਤਾਂ ਗਲਤ ਕਰ ਦਿੱਤਾ ਸਿੱਧੀ ਗੱਲ. ਸੇਮ ਵਿਦ ਈਟਿੰਗ, ਜੇ ਆਪਾਂ ਖਾਣਾ ਆ ਮੈਂ ਤਾਂ ਕਹਿੰਦਾ ਹੁੰਦਾ ਯੂ ਮਸਟ ਈਟ ਸਮ ਜੰਕ ਫੂਡ, ਅਦਰਵਾਈਜ਼ ਯੂ ਗੈਟ ਵਾਟਸ ਕਾਲਡ ਅ ਡੋਮੀਨੋਜ਼ ਇਫੈਕਟ. ਮੈਂ ਖਾਣਾ ਨਹੀਂ ਖਾਣਾ ਨਹੀਂ ਖਾਣਾ, ਫਿਰ ਜਦੋਂ ਕਰੇਵਿੰਗਸ ਆ ਜਾਂਦੀ ਆ ਸਾਰਾ ਖਾ ਲੈਣਾ ਇੱਕ ਵਾਰੀ. ਖਾਣ ਓਵਰ ਈ ਸ਼ੁਡਨਟ ਓਵਰ ਈਟ ਐਂਡ ਯੂ ਸ਼ੁਡਨਟ. ਖਾਣਾ ਲਿਮਿਟ ਵਿੱਚ ਚਾਹੀਦਾ, ਲਿਮਿਟ 'ਚ ਹੋਣਾ ਥੋੜ੍ਹਾ ਚਾਹੀਦਾ. ਇਹ ਨਹੀਂ ਕਿ ਤੁਸੀਂ ਯਾਨੀ ਭੁੱਖ ਰੱਖ ਕੇ ਥੋੜ੍ਹੇ ਖਾਓ, ਇਹ ਨਹੀਂ ਕਿ ਤੁਸੀਂ ਕੰਟੈਂਟ ਹੋਣਾ ਚਾਹੀਦਾ. ਜਦੋਂ ਮੈਂ ਖਾਧਾ ਆ ਲਾਲਚ ਨਹੀਂ ਕਰਨਾ, ਲਾਲਚ ਨਹੀਂ ਕਰਨਾ ਸਿੱਧੀ ਗੱਲ ਹੈ. ਜੇ ਤੁਹਾਨੂੰ ਪਤਾ ਕਿ ਮੇਰਾ ਹੁਣ ਢਿੱਡ ਪਾਟਣ ਨੂੰ ਆ ਗਿਆ, ਜੇ ਤੁਹਾਨੂੰ ਬੈਲਟ ਲੂਸ ਕਰਨੀ ਪੈਣੀ ਫਿਰ ਤਾਂ ਤੁਸੀਂ ਕਹੋ ਜੀ ਮੈਂ ਬਲੂਸ ਕਰ ਲੈਂਦੇ, ਹਲੇ ਚਿਕਨਾਂ 2 ਪਈਆਂ ਮੈਂ ਖਾ ਲੈਂਦੇ ਪੂਰੀਆਂ ਪੈਸੇ ਦਿੱਤੇ ਖਾ ਲੈਂਦੇ ਪੈਸੇ ਦਿੱਤੇ. ਸਰ ਜਾਂ ਕਈ ਵਾਰੀ ਵਿਆਹ ਤੇ ਗਿਆ ਉਹਨੇ ਕਿਹਾ ਹਮ ਫ੍ਰੀ ਦਾ ਦੱਬ ਲਈਏ. ਸੋ ਲਿਮਿਟ ਵਿੱਚ ਖਾਣਾ ਚਾਹੀਦਾ, ਸਹੀ ਗੱਲ. ਐਂਡ ਵਾਟ ਅਬਾਊਟ ਦ ਪੰਜਾਬੀ ਖੁਰਾਕ ਜਿਹੜੀ ਆ, ਜਿੱਦਾਂ ਰੋਟੀ ਆ ਅਸੀਂ ਤਲ ਕੇ ਸਬਜ਼ੀ ਜਿੱਦਾਂ ਬਣਾਈ ਦੀ ਆ ਜਾਂ ਫਰਾਈ ਕਰਕੇ ਕੋਈ ਦਾਲਾਂ ਬਣਾਈ ਦੀਆਂ, ਉਹਦੇ ਬਾਰੇ ਕੁਛ ਦੱਸੋ ਸਾਨੂੰ. ਓਕੇ, ਉਹਨੇ ਵਾਲਾ ਬੇਸਿਕ ਜਿਹੜੀ ਆਪਾਂ ਚੀਜ਼ ਫਰਾਈ ਕਰਦੇ ਹਾਂ ਉਹ ਲਿਮਿਟ, ਅਗੇਨ ਲਿਮਿਟ 'ਚ ਕਰਨੀ ਚਾਹੀਦੀ ਆ. ਜੇ ਆਪਾਂ ਨਵੀਆਂ ਆਦਤਾਂ ਵਿੱਚ ਪਾ ਸਕਦੇ ਵਿਦ ਫੋਰ ਐਗਜ਼ਾਮਪਲ ਜਿਹੜਾ ਆਪਾਂ ਤੋਕਾ ਬਣਾਉਣਾ ਆ, ਹੈ ਨਾ, ਜ਼ਿਆਦਾ ਘੇ ਜ਼ਿਆਦਾ ਤੇਲ ਨਹੀਂ ਪਾ ਕੇ ਥੋੜ੍ਹਾ ਜਿਹਾ ਪਾਣੀ ਵੀ ਵਿੱਚ ਪਾ ਲਓ, ਹੈ ਨਾ. ਸੋ ਥੋੜ੍ਹਾ ਜਿਹਾ ਟੇਸਟ ਵੀ ਉਹੀ ਸੇਮ ਹੀ ਹੋਣਾ, ਯੂ ਗੈਟ ਯੂਜ਼ ਟੂ ਦ ਟੇਸਟ ਐਸ ਵੈਲ, ਹੈ ਨਾ. ਥੋੜੇ ਫਰਕ ਤਾਂ ਜ਼ਰੂਰ ਲੱਗਦਾ ਪਹਿਲਾਂ, ਫਰਕ ਤਾਂ ਪਾਣਾ ਕਿਉਂਕਿ ਤੁਹਾਡੇ ਟੇਸਟ ਪਰ ਪਹਿਲਾਂ ਯੂਜ਼ ਟੂ ਹੋ ਗਿਆ, ਹੈ ਨਾ. ਤੁਹਾਨੂੰ ਆਪੇ ਕੰਟਰੋਲ, ਪਰ ਸਿਹਤ ਲਈ ਬਹੁਤ ਅੱਛਾ ਹੈ. ਸਿਹਤ ਲਈ, ਸਿਹਤ ਤਾਂ ਸਭ ਦੀ ਮੋਸਟ ਇੰਪੋਰਟੈਂਟ ਚੀਜ਼ ਹੈ, ਹੈ ਨਾ. ਟੇਸਟ ਸੈਕੰਡ ਹੋਣੀ ਚਾਹੀਦੀ, ਪਰ ਆਪਾਂ ਉਸੇ ਬਣਾਤਾ ਆਪਾਂ ਤਾਂ ਪਹਿਲਾਂ ਸਵਾਦ ਹੋਣਾ ਚਾਹੀਦਾ, ਫਿਰ ਆਪਾਂ ਹਾਰਟ ਅਟੈਕ ਹੀ ਹੋ ਜਾਊਗਾ ਖਾਂਦੇ ਦੇ ਬੁਰਕੇ ਵਿੱਚ ਹੀ ਰਹਿ ਜਾਊਗਾ. ਸਰ ਜਿਹੜੀ ਰੋਟੀ ਆ ਉਹ ਵੀ ਬਹੁਤ ਵਧੀਆ ਚੀਜ਼ ਆ, ਹੈ ਨਾ. ਆਪਣੇ ਐਂਸੈਸਟਰਸ ਰੋਟੀ ਹੀ ਖਾਂਦੇ ਆ. ਜਿਹੜਾ ਫਲਾਵਰ ਆਪਣਾ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਹੋਲ ਮੀਲ ਆਟਾ, ਹੋਲ ਮੀਲ ਆਟਾ, ਹੋਲ ਮੀਲ. ਜੇ ਸਾਡਾ ਵਾਈਟ ਆ 50-50 ਕਰ ਲਓ, ਉਹ ਤੋਂ ਬਾਅਦ ਹੋਲ ਮੀਲ ਕਰ, ਜਿਹੜਾ ਪੂਰਾ ਚਿੱਟਾ ਆਟਾ ਉਹ ਡਿਸਪਲੇ, ਕਿਉਂਕਿ ਉਹ ਹੁੰਦੀ ਹੈ ਪ੍ਰੋਸੈਸਡ ਚੀਜ਼. ਜਿਹੜੀ ਪ੍ਰੋਸੈਸਡ ਚੀਜ਼ ਹੁੰਦੀ ਹੈ ਉਹ ਬਣੀ ਹੁੰਦੀ ਹੈ ਚੀਪ, ਤਾਂ ਉਹਦੇ ਵਿੱਚ ਜਿਹੜੀ ਗੁੱਡਨੈਸ ਉਹ ਕੱਢ ਦਿੱਤੀ ਹੁੰਦੀ ਪਹਿਲਾਂ. ਚੌਲ ਵੀ ਇੱਦਾਂ, ਜਿਹੜਾ ਆਪਣੇ ਬਾਸਮਤੀ ਚੌਲ ਆ ਬਹੁਤ ਵਧੀਆ ਚੀਜ਼ ਆ, ਜਿਹੜੇ ਹੋਲ ਗ੍ਰੇਨ ਚੌਲ ਆ ਬਹੁਤ ਵਧੀਆ. ਇੱਕ ਬ੍ਰਾਊਨ ਚੌਲ ਵੀ ਚੱਲੇ ਆ, ਲੋਕ ਬ੍ਰਾਊਨ ਚੌਲ ਵੀ ਖਾਂਦੇ, ਹੋਲ ਮੀਲ, ਹੋਲ ਗ੍ਰੇਨ ਬ੍ਰਾਊਨ ਚੌਲ, ਉਹ ਵੀ ਬਹੁਤ ਵਧੀਆ ਚੀਜ਼ ਆ. ਬਟ ਜਿਹੜਾ ਉਹ ਵਾਈਟ ਪਲੇਨ ਰਾਈਸ ਜਿਹੜਾ ਸਸਤਾ ਮਿਲਦਾ ਆ ਉਹ ਨਹੀਂ ਚੰਗੀ, ਉਹ ਹੈਗੀ ਬੇਸਿਕਲੀ ਪ੍ਰੋਸੈਸਡ. ਉਹ ਹੈਗੇ ਨੂੰ ਜਿੱਦਾਂ ਬ੍ਰੈਡ, ਬ੍ਰੈਡ ਦਾ ਵੀ ਸੇਮ ਹੀ ਆ. ਜੇ ਚਿੱਟੀ ਬ੍ਰੈਡ, ਚਿੱਟੀ ਬ੍ਰੈਡ ਮੇਰੇ ਓਪੀਨੀਅਨ 'ਚ ਕਦੀ ਨਾ ਖਾਓ ਚਿੱਟੀ, ਚਿੱਟੀ ਬ੍ਰੈਡ ਤਾਂ ਕਦੇ ਨਾ ਖਾਓ. ਚਲੋ ਦੱਸ ਮੈਂ ਐਗਨ ਸੋਸਿਸ ਸੈਂਡਵਿਚ ਆ, ਤੂੰ ਤਾਂ ਮੈਂ ਐਗਨ ਸੋਸਾ ਸੈਂਡਵਿਚ ਖਾਣਾ ਹੁੰਦਾ, ਤੂੰ ਤਿੰਨੇ ਚੀਜ਼ਾਂ ਫੇਲ ਕਰ ਦਿੱਤੀਆਂ, ਐਗ ਤੇ ਸੋਸਾ ਵੀ ਬ੍ਰੈਡ ਵੀ, ਉਹ ਵੀ ਹੁਣ ਕੋਈ ਯੈਲੋ ਕੱਢ ਕੇ ਆ ਚਿੱਟਾ ਜਿਹਾ ਫੜਾ ਦੀ ਅੰਡੂ ਵੀ. ਸੋ ਵਾਈਟ ਬ੍ਰੈਡ ਨਾ, ਨਾ white bread is a no no completely, hai na. You can get away with white bread after training, jadon apa exercise kiti hai apni, main pehla mention kiti si glycogen level, jadon apa weight training karde hai apni body ni use karna ni glycogen sugar muscle de vichon ta liver de vich, odon apni sugar level thalle chal jani, odon apa fir white bread kha sakde, odon chocolate bhi khao, odon idda diyan fast sugars khao, but best one haga hai shahad. Right. ਕਿਉਂਕਿ ਆਪਣੇ ਸ਼ਹਿਦ ਬਹੁਤ ਵਧੀਆ ਸ਼ੂਗਰ ਹਨੀ, ਸ਼ਹਿਦ ਬ੍ਰਿਲੀਅੰਟ, ਹੈ ਨਾ, ਇਟਸ ਗੁੱਡ ਫॉर ਯੂ, ਬ੍ਰੋ, ਯਾ, ਵੈਰੀ ਗੁੱਡ ਫॉर ਯੂ. ਅੱਛਾ, ਮੈਨੂੰ ਨਹੀਂ ਪਤਾ ਸੀ, ਬਹੁਤ ਵਧੀਆ ਚੀਜ਼ ਹੈ. ਮੈਂ ਸੋਚਦੀ ਸੀ ਫੈਟੀ ਹੋਵੇ ਇਹਦੇ ਸਾਰਾ. ਨਹੀਂ ਨਹੀਂ ਨਹੀਂ, ਜੇ ਤੁਸੀਂ ਸ਼ੂਗਰ ਜ਼ਿਆਦਾ ਖਾਂਦੇ ਆ, ਰੋਜ਼ ਖਾਂਦੇ ਆ, ਆਲ ਦਾ ਟਾਈਮ ਖਾਂਦੇ ਆ ਡਿਫਰੈਂਟ ਫਾਰਮਸ ਦੇ ਵਿੱਚ,
ਫਿਰ ਤਾਂ ਬੈਡ ਹੀ ਹੋਣਾ ਕਿਉਂਕਿ ਬੋਡੀ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਕੋਈ ਸਟੋਰੇਜ ਸਪੇਸ ਨਹੀਂ ਹੋਣੀ ਤਾਂ ਜੇ ਸਟੋਰੇਜ ਸਪੇਸ ਹੈ ਨਹੀਂ ਇਨ ਦ ਲਿਵਰ ਉਹਨੇ ਫਿਰ ਸਟੋਰ ਓਵਰ ਦ ਮਸਲ ਉਹਨੂੰ ਸਟੋਰ ਕਰ ਲੈਣਾ ਐਜ਼ ਫੈਟ ਕਿਉਂਕਿ ਬੋਡੀ ਨੇ ਸਟੋਰ ਕਰਨਾ ਸੋ ਮੇਨ ਚੀਜ਼ ਜੋ ਤੁਸੀਂ ਦੱਸ ਰਹੇ ਆ ਕਿ ਬੇਸਿਕਲੀ ਫੈਟ ਤੁਹਾਨੂੰ ਥੋੜੀ ਜਿਹੀ ਚਾਹੀਦੀ ਆ ਹਾਂਜੀ ਜ਼ਰੂਰ ਕਿਉਂਕਿ ਤੁਹਾਡੀ ਬੋਡੀ ਨੇ ਫੈਟ ਨਾਲ ਫੰਕਸ਼ਨ ਕਰਨਾ ਪਰ ਇਹ ਵੀ ਨਹੀਂ ਜੇ ਅੱਗੇ ਤੁਹਾਡੇ ਕੋਲ ਜ਼ਿਆਦਾ ਫੈਟ ਆ ਤਾਂ ਆਪਣੀ ਫੈਟ ਦੀ ਇਨਟੇਕ ਘਟਾਓ ਹਾਂਜੀ ਘੱਟ ਨਹੀਂ ਕਰਨੀ ਸਲੋ ਡਾਊਨ ਕਰਨਾ ਸਲੋ ਡਾਊਨ ਕਰਨਾ ਹੌਲੀ ਹੌਲੀ ਆਪਣੇ ਡਾਇਟ ਦੇ ਵਿੱਚ ਘੱਟ ਡਾਊਨ ਕਰਨਾ ਨਹੀਂ ਬੈਸਟ ਥਿੰਗ ਹੈਗੀ ਆ ਪਲਾਨ ਕਰੋ ਆਪਣੇ ਸਿਰ ਦੇ ਵਿੱਚ ਹੈ ਨਾ ਹੁਣ ਮੈਂ ਇੰਨਾ ਕੁ ਫੈਟ ਖਾਂਦਾ ਆ ਨੈਕਸਟ ਵੀਕ ਮੈਂ ਥੋੜਾ ਘੱਟ ਦੇਣਾ ਉਸ ਵੀਕ ਬਾਅਦ ਮੈਂ ਹੋਰ ਥੋੜਾ ਘੱਟ ਦੇਣਾ ਉਸ ਵੀਕ ਬਾਅਦ ਹੌਲੀ ਹੌਲੀ ਯਾਨੀ ਆਪਣੇ ਆਪ ਨੂੰ ਡਾਇਟ ਬੰਦ ਕਰੋ ਯਾ ਬਸ ਇੱਕਦਮ ਪਟਾਕਾ ਨਾ ਪਾਓ ਯੈਸ ਦੈਟਸ ਰਾਈਟ ਤਾਂ ਕਦੀ ਕੰਪਲੀਟਲੀ ਨਹੀਂ ਕੋਈ ਚੀਜ਼ ਕੱਢਣੀ ਡਾਇਟ ਦੇ ਵਿੱਚ ਮੇਰੇ ਓਪੀਨੀਅਨ ਦੇ ਵਿੱਚ ਇੱਕ ਚੀਜ਼ ਕੰਪਲੀਟਲੀ ਕੱਢਣੀ ਚਾਹੀਦੀ ਆ ਉਹ ਹੈਗਾ ਡੋਨਾ ਕਬਾਬ ਜਦੋਂ ਮੈਂ ਕੰਮ ਕਰਦਾ ਹੁੰਦਾ ਸਾਇੰਸ ਫੂਡ ਦੇ ਵਿੱਚ ਮੇਰੀ ਜੌਬ ਸੀਗੀ ਟੈਸਟ ਕਰਨ ਤਾਂ ਮੈਂ ਤੁਹਾਨੂੰ ਦੱਸਾਂ ਉਹ ਬੱਲੇ ਬੱਲੇ ਇੰਨਾ ਗੰਦ ਵਿੱਚ ਆ ਰਹਿਣ ਦੋ ਮੇਰੇ ਇੱਕ ਰਿਪੋਰਟ ਸੀਗੀ ਰਿਪੋਰਟ ਦੇ ਵਿੱਚ ਸੀਗੀ 15 ਇਅਰਸ ਟੂ ਡਾਈਜੈਸਟ ਦੈਟ ਕਬਾਬ ਦੈਟ ਡੋਨਾ ਕਬਾਬ 15 ਇਅਰਸ ਹਨਾ ਦਾ ਬੋਡੀ ਦੇ ਵਿੱਚ ਫਸ ਜਾਣਾ ਤਾਂ ਹੌਲੀ ਹੌਲੀ ਬਾਹਰ ਨਿਕਲੂਗਾ ਇੱਥੇ ਸਾਡੇ ਬੰਦੇ ਕਹਿੰਦੇ ਆ ਜੀ ਉਹ ਚਿੱਲੀ ਬਾਹਰ ਜਾਣਾ ਉਹ ਗਾਰਲਿਕ ਬਾਹਰ ਡੋਨਰ ਕਬਾਬ ਦਬ ਦਬ ਕੇ ਯਾਨੀ ਸੁਦਾ ਮੌਤ ਦਾ ਘਰ ਹੈ ਡੋਨਰ ਕਬਾਬ ਜਿਹੜਾ ਹੈ ਡੋਨਰ ਕਬਾਬ ਕਿਉਂਕਿ ਫਿਰ ਉਹਦੇ ਨਾਲ ਆਪਾਂ ਚਿੱਟੀ ਬ੍ਰੈਡ ਪਾ ਲੈਣੀ ਪਿੱਟਾ ਬ੍ਰੈਡ ਜੇ ਤੁਸੀਂ ਬ੍ਰੈਡ ਕੱਟ ਡਾਊਨ ਕਰਨਾ ਜਿਹੜਾ ਹੋਲ ਮੀਲ ਦਾ ਪਿੱਟਾ ਬ੍ਰੈਡ ਹੈ ਉਹ ਵਧੀਆ ਚੀਜ਼ ਹੈ ਕਿਉਂਕਿ ਉਹ ਲੈਸ ਪ੍ਰੋਸੈਸਡ ਦੈਨ ਨੋਰਮਲ ਬ੍ਰੈਡ ਸੋ ਮੈਂ ਆਪਣੇ ਕਲਾਇੰਟ ਨੂੰ ਕਹਿੰਦਾ ਹੁੰਦਾ ਜੇ ਤੁਸੀਂ ਬ੍ਰੈਡ ਖਾਣੀ ਹੈ ਜ਼ਰੂਰੀ ਹਨਾ ਉਹ ਪਿੱਟਾ ਬ੍ਰੈਡ ਖਾਓ ਉਹ ਬ੍ਰੈਡ ਨਾ ਖਾਓ ਸੋ ਆਪਣਾ ਜਿਹੜਾ ਸੈਂਡਵਿਚ ਤੁਸੀਂ ਬਣਾਉਣਾ ਪਿੱਟਾ ਬ੍ਰੈਡ 'ਚ ਪਾਓ ਜਿਹੜਾ ਆਪਣੇ ਪੰਜਾਬੀ ਆ ਉਹ ਵੀ ਹੋਮ ਮੀਲ ਮਿਲਦੇ ਹੋਮ ਮੀਲ ਉਹ ਲੈਸ ਪ੍ਰੋਸੈਸਡ ਹੈਗੀ ਆ ਆਪਣੇ ਪੰਜਾਬੀਆਂ ਨੂੰ ਮੈਂ ਕਹਿੰਦਾ ਹੁੰਦਾ ਹਾਂ ਕਿਉਂਕਿ ਸਾਡੇ ਪੰਜਾਬੀਆਂ ਤੋਂ ਦੋ ਪੱਤੇ ਸੈਲਡ ਦੇ ਤਾਂ ਇੱਕ ਟਮਾਟਰ ਦੇ ਨਾਲ ਕੁਛ ਨਹੀਂ ਗੱਲ ਬਣਨੀ ਨਹੀਂ ਸੋ ਮੈਂ ਕਹਿੰਦਾ ਹੁੰਦਾ ਲੰਚ ਟਾਈਮ ਤੁਸੀਂ ਆਪ ਲੈ ਕੇ ਉਲਟੀ ਆਉਂਦੀ ਹੈ ਤਾਂ ਮੈਂ ਤੁਹਾਨੂੰ ਦੱਸਾਂ ਸਹੀ ਗੱਲ ਸਲਾਦ ਆ ਕਿਸ ਨੇ ਰੱਖਤਾ ਮੋਰੇ ਮੈਂ ਕਿਹਾ ਪਸ਼ੂਆਂ ਸੀ ਤੂੰ ਕੋ ਲਿਆ ਕੋ ਮੀਟ ਮੂਟ ਲਿਆ ਬੰਦੇ ਲਈ ਨਾ ਆਪਣੇ ਲੰਚ ਟਾਈਮ ਇਹ ਇੱਕ ਟਿਪ ਮੈਂ ਦੇ ਦੂੰਗਾ ਆਪਣੇ ਲੰਚ ਟਾਈਮ ਦੇ ਵਿੱਚ ਤੁਸੀਂ ਨਾਈਟ ਬਿਫੋਰ ਥੋੜਾ ਜਿਹਾ ਮੀਟ ਬਣਾਓ ਜੇ ਤੁਸੀਂ ਖਾਣਾ ਆ ਓਕੇ ਥੋੜਾ ਜ਼ਿਆਦਾ ਬਣਾ ਲਓ ਉਹ ਖਾਣਾ ਨਹੀਂ ਆਪਾਂ ਸੇਵ ਕਰ ਲੈਣਾ ਉਹ ਫਿਰ ਸਵੇਰੇ ਉਹ ਨਾਈਟ ਤੁਸੀਂ ਆਪਣੇ ਪਿੱਟਾ ਬ੍ਰੈਡ ਦੇ ਵਿੱਚ ਥੋੜਾ ਜਿਹਾ ਸਾਗ ਤਾਂ ਪਾ ਦਿਓ ਵਿੱਚ ਥੋੜੇ ਜਿਹੇ ਵੈਜੀਟੇਬਲ ਵੀ ਵੈਜੀਟੇਬਲ ਆਪਾਂ ਬੋਇਲ ਨਹੀਂ ਕਰਨਾ ਬੋਇਲ ਕਰਕੇ ਜਿਹੜੀ ਗੁਡਨੈਸ ਹੈ ਉਹ ਕੱਢ ਦੇਣੀ ਸਾਰੀ ਬਾਹਰ ਜਿਹੜੇ ਅਸੀਂ ਉਬਾਲਦੇ ਹਾਂ ਵੈਜੀਟੇਬਲ ਉਹਦੇ ਨਾਲ ਕੀ ਹੁੰਦਾ ਗੁਡਨੈਸ ਬਾਹਰ ਨਿਕਲ ਜਾਂਦੀ ਹੈ ਹਨਾ ਉਹ ਜਿਹੜੀ ਖਾਣ ਵਾਲੀ ਚੀਜ਼ ਹੁੰਦੀ ਉਹ ਤਾਂ ਬਾਹਰ ਉਹ ਬਾਹਰ ਨਿਕਲ ਜਾਂਦੀ ਆਪਣੇ ਪੰਜਾਬੀ ਤੇ ਹੈਗੀ ਆ ਭੁੰਨ ਭੁੰਨ ਕੇ ਰੱਖ ਦੇਣਾ ਸਾਰਾ ਕੁਛ ਉਹ ਜਿਹੜੀ ਗੁਡਨੈਸ ਹੈ ਉਹ ਵੀ ਮਾਰ ਕੇ ਚੱਕ ਦਿੱਤੀ ਬਾਹਰ ਯਾਨੀ ਇੱਕ ਵਾਰੀ ਅਸੀਂ ਐਂ ਰਗੜਾ ਚਾੜਦੇ ਆ ਵੈਜੀਟੇਬਲ ਦਾ ਜਿੰਨਾ ਉਹ ਵਧੀਆ ਚੀਜ਼ ਹੁੰਦੀ ਬਾਹਰ ਕੱਢ ਦਿੱਤੀ ਬਾਹਰ ਉਹਦੇ ਥੈ ਸਮਾਂ ਅਸੀਂ ਉਹ ਜਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਦਰ ਤੇ ਘੇ ਆ ਤੇ ਉਹ ਭਾਰ ਦਾ ਤਾਂ ਬੰਦਾ ਛੇਤੀ ਮਰੇ ਛੋਰ ਸਾਹਮਣੇ ਸਾਨੂੰ ਇਹਨਾਂ ਦੀ ਸੋ ਇਟ ਸੋ ਜੇ ਤੁਸੀਂ ਬੋਇਲ ਕਰਨੀ ਹੈ ਜੇ ਤੁਹਾਨੂੰ ਦੇਖੋ ਆਦਤ ਹੈ ਕਿ ਆਪਾਂ ਬੋਇਲ ਕਰਦੇ ਹੁੰਦੇ ਸਾਨੂੰ ਸਵਾਦ ਲੱਗਦਾ ਹੈ ਬੋਇਲ ਕਰੋ ਤੇ ਜਿਹੜਾ ਉਹ ਬੋਇਲ ਦਾ ਪਾਣੀ ਆ ਉਹ ਠੰਡਾ ਹੋ ਕੇ ਪੀ ਲਓ ਜੇ ਤੁਸੀਂ ਆਪਣੇ ਤੁਰਕੇ ਦੇ ਵਿੱਚ ਪਾਉਣਾ ਹੈ ਤੁਰਕੇ ਦੇ ਵਿੱਚ ਪਾ ਲਓ ਐਵਾਪੋਰੇਟ ਕਰ ਲਓ ਹਾਂ ਬਸ ਸਟੀਮ ਜਿਹੜਾ ਕਰਦੇ ਹਾਂ ਸਟੀਮ ਬਹੁਤ ਵਧੀਆ ਚੀਜ਼ ਹੈ ਸਟੀਮ ਕਰ ਲਓ ਸਟੀਮ ਵੈਜੀਟੇਬਲ ਖਾ ਲਓ ਸਟੀਮ ਵੈਜੀਟੇਬਲ ਦਾ ਨਾਲੇ ਸਟੀਮ ਦਾ ਵੀ 2 ਮਿੰਟ ਦੀ ਲੋੜ ਹੈ ਯਾ ਇਹ ਵੈਜੀਟੇਬਲਸ ਜੇ ਮੈਂ ਕਰਦਾ ਹੁੰਦਾ ਮੇਰੇ ਕੋਲ ਸਟੀਮਾ ਆ 3 ਟੇਸਟ ਸਟੀਮ ਯਾ ਦੈਟਸ ਵਾਟ ਵੀ ਗਾਟ ਵਨ ਆ 3 ਟੇਸਟ ਸਟੀਮ ਤਾਂ ਮੈਂ ਹੈਗਾ ਥੋੜਾ ਜਿਹਾ ਲੇਜ਼ੀ ਬਲੀਵ ਸਾਰਾ ਕੁ ਬਹੁਤ ਚੀਜ਼ਾਂ ਹੈਗੀਆਂ ਆਪਣੇ ਮੈਂ ਆਪਣੇ ਅੰਡੇ ਇੱਕ ਸਟੀਮਰ ਲੇਅਰ ਦੇ ਵਿੱਚ ਪਾ ਲੈਣੇ ਹਨਾ ਉਹਦੇ ਉੱਤੇ ਮੈਂ ਪਾ ਲੈਣਾ ਆਪਣੇ ਵੈਜੀਟੇਬਲਸ ਤੇ ਜਿਹੜਾ ਤੀਜਾ ਲੇਅਰ ਆ ਉੱਥੇ ਮੱਛੀ ਵਿੱਚ ਪਾ ਲੈਣੀ ਓਇਲੀ ਫਿਸ਼ ਸੋ ਹੁਣ ਮੈਨੂੰ ਪ੍ਰੋਟੀਨ ਮਿਲ ਗਿਆ ਹੁਣ ਮੈਨੂੰ ਵੈਜੀਟੇਬਲਸ ਮਿਲ ਗਏ ਹੁਣ ਮੇਰਾ ਬ੍ਰੈਕਫਾਸਟ ਦੀ ਵੀ ਪ੍ਰੋਟੀਨ ਨਾਲੇ ਮਿਲ ਗਈ ਤਾਂ ਨਾਲੇ ਮੇਰੇ ਗੁੱਡ ਫੈਟਸ ਨੇ ਓਮੇਗਾ ਓਇਲਸ ਉਹ ਮੱਛੀ ਦੇ ਵਿੱਚ ਉਹ ਵੀ ਮੈਨੂੰ ਮਿਲ ਗਏ ਹਨਾ ਇੱਕ ਹੀ ਚੀਜ਼ ਮਿਸਿੰਗ ਆ ਮੇਰੇ ਜਿਹੜੇ ਕਾਰਬੋਹਾਈਡਰੇਟ ਉਹ ਮੈਂ ਫਿਰ ਜਿਹੜੀ ਸਵੀਟ ਪੋਟੇਟੋ ਹੁੰਦੀ ਆ ਚੌਲ ਦੇ ਨਾਲ ਮੈਂ ਤੁਹਾਨੂੰ ਆਸਕ ਯੂ ਅਬਾਊਟ ਥਿਸ ਦਾ ਆਲੂ ਇਜ਼ ਦਾ ਫੇਵਰਟ ਕਰੌਕ ਆਫ ਪੰਜਾਬੀਸ ਐਵਰੀਥਿੰਗ ਹੈਜ਼ ਗਾਟ ਆਲੂ ਇਨ ਇਟ ਹਰੇਕ ਚੀਜ਼ ਆਲੂ ਪਾਉਣਾ ਹੈ ਅਸੀਂ ਤੇ ਆਲੂ ਵਧੀਆ ਚੀਜ਼ ਹੁੰਦੀ ਹੈ ਮਾੜੀ ਚੀਜ਼ ਆਲੂ ਹੈਗੀ ਹੈ ਵਧੀਆ ਚੀਜ਼ ਨੈਚੁਰਲ ਆ ਹਨਾ ਜੇ ਆਪਾਂ ਜ਼ਿਆਦਾ ਖਾਂਦੇ ਹਾਂ ਫਿਰ ਤਾਂ ਬਾਹਰ ਆ ਬਹੁਤ ਵਧੀਆ ਫੋਰੀ ਜੇ ਆਪਾਂ ਤਲਨ ਨਾ ਕਰੀਏ ਆਪਾਂ ਜੇ ਚਿਪਸ ਬਣਾਉਣੇ ਬਣਾ ਦਿੱਤੇ ਫਿਰ ਤਾਂ ਐਕਚੁਅਲੀ ਪੋਇਜ਼ਨ ਬਣ ਜਾਂਦੀ ਆ ਓਕੇ ਕਿਉਂਕਿ ਆਪਾਂ ਡੀਪ ਫਰਾਈ ਕਰਕੇ ਜਿਹੜਾ ਤੇਲ ਆ ਉਹ ਵਿੱਚ ਬਣ ਕੇ ਉਹ ਜਿਹੜੇ ਦੇ ਕੋਵੈਲੈਂਟ ਬੌਂਡ ਹੁੰਦੇ ਉਹ ਖਰਾਬ ਹੋ ਜਾਂਦੇ ਆ ਬੇਸਿਕਲੀ ਪੋਇਜ਼ਨ ਜੇ ਬਣ ਜਾਂਦੀ ਆ ਨੋ ਗੁੱਡ ਆ ਅਬ ਯਾਨੀ ਜਿਹੜੇ ਚਿਪਸ ਆ ਜਾਂ ਤੁਸੀਂ ਫਰਾਈ ਕਰਕੇ ਆਲੂ ਜਿਹੜੇ ਆ ਜੇ ਰੋਜ਼ ਖਾਣੇ ਆ ਤਾਂ ਇਹ ਵੀ ਪਕੌੜੇ ਪਕੌੜੇ ਵੀ ਜੇ ਰੋਜ਼ ਖਾਣੇ ਆ ਸਮੋਸੇ ਵੀ ਸੀ ਤਲਦੇ ਹੀ ਆ ਸਾਰਾ ਕੁਝ
ਕੰਟਰੋਲ 'ਚ ਰੱਖ ਲਓ ਆਪਾਂ ਇੱਕ ਵਾਰੀ ਵੀਕ 'ਚ ਦੋ ਵਾਰੀ ਵੀਕ 'ਚ ਆਲੂ ਨੂੰ ਤਲੋਣਾ ਪਹਿਲੀ ਗੱਲ ਇਹ ਹਾਂ ਜੀ ਆਲੂ ਨੂੰ ਤਲੋਣਾ ਹਾਂ ਜੇ ਤੁਸੀਂ ਵਧੀਆ ਜੇ ਜ਼ਿਆਦਾ ਚਿਰ ਜੀ ਨਾ ਡਿਫਰੈਂਟ ਟਾਈਪਸ ਆਫ ਆਲੂ ਵੀ ਹੈਗੇ ਆ ਸਵੀਟ ਪੋਟੇਟੋ ਆ ਸਵੀਟ ਪੋਟੇਟੋ ਨੂੰ ਸ਼ਕਰਕੰਦ ਵੀ ਰੱਖਿਆ ਕਹਿੰਦੇ ਆ ਹਾਂ ਜੀ ਬਹੁਤ ਵਧੀਆ ਚੀਜ਼ ਆ ਜੇ ਤੁਸੀਂ ਜੇ ਤੁਹਾਡੀ ਥੋੜ੍ਹੇ ਲੂਣ ਪਾ ਕੇ ਖਾਈਦਾ ਲੂਣ ਵੀ ਉਹ ਵੀ ਇੱਕ ਹੋਰ ਟੋਪਿਕ ਹੈਗੀ ਆ ਆਪਣੀ ਬਾਡੀ ਨੂੰ ਆਪਣੀ ਬਾਡੀ ਨੂੰ ਲੂਣ ਦੀ ਲੋੜ ਆ ਹਨਾ ਸੋਲਟ ਦੀ ਲੋੜ ਆ ਜਿਹੜੇ ਮੀਟ ਆ ਮੀਟ ਦੇ ਵਿੱਚ ਨੈਚੁਰਲ ਸੋਲਟਸ ਆ ਜਿਹੜੇ ਸਮ ਆਫ ਆ ਵੈਜੀਟੇਬਲਸ ਜਿੱਦਾਂ ਸੈਲਰੀ ਆ ਉਹਦੇ ਵਿੱਚ ਨੈਚੁਰਲ ਆ ਜਿਹੜੇ ਆਪਾਂ ਟੇਬਲ ਸੋਲਟ ਆ ਸੋਡੀਅਮ ਕਲੋਰ ਆ ਉਹ ਸਾਨੂੰ ਖਰਾਬ ਕਰਦੀ ਆ ਗਵਰਨਮੈਂਟ ਨੂੰ ਵੀ ਪਤਾ ਆ ਤਾਂ ਹੀ ਗਵਰਨਮੈਂਟ ਕਹਿੰਦੀ ਘੱਟ ਖਾਇਆ ਕਰੋ ਹਨਾ ਆਪਣਾ ਹੁਣ ਪੰਜਾਬੀਆਂ ਨੂੰ ਆਦਤ ਪੈ ਗਈ ਆ ਮੈਨੂੰ ਲੂਣ ਚਾਹੀਦੀ ਆ ਬਹੁਤ ਸਾਰਾ ਉੱਤ ਪਾ ਲੈਣਾ ਇਹ ਗਲਤ ਆ ਜੇ ਤੁਹਾਨੂੰ ਚਾਹੀਦਾ ਫਿਰ ਟੇਸਟ ਪਾਓ ਹਨਾ ਲੂਣ ਜਿਹੜੇ ਟ੍ਰੈਡੀਸ਼ਨਲੀ ਸ਼ੈਫ ਹੁੰਦੇ ਆ ਪਾਣੀ ਦੇ ਵਿੱਚ ਲੂਣ ਪਾਉਂਦੇ ਆ ਇਸ ਟੂ ਇਨਕਰੀਜ਼ ਦ ਬੋਇਲਿੰਗ ਪੁਆਇੰਟ ਸੋ ਦੈਟ ਜਿਹੜਾ ਪਾਣੀ ਦਾ ਬੋਇਲਿੰਗ ਪੁਆਇੰਟ ਮੋਰ ਦੈਨ 100 ਹੋ ਜਾਊਗਾ ਸੋ ਯੂ ਕੈਨ ਕੁੱਕ ਦ ਫੂਡ ਬੈਟਰ ਹਨਾ ਆਪਾਂ ਹੁਣ ਕਹਿੰਦੇ ਟੇਸਟ ਸਵਾਦ ਲਈ ਪਾਉਣਾ ਜ਼ਿਆਦਾ ਲੂਣ ਬਹੁਤ ਮਾੜਾ ਸਾਰੇ ਮੁੰਡੇ ਆ ਕੁੜੀਆਂ ਅੱਜ ਕੱਲ ਸਾਰੇ ਡਾਇਟਿੰਗ ਕਰਦੇ ਆ ਸਾਰੇ ਜਿਮ ਜਾਂਦੇ ਆ ਕੇ ਉਹ ਕਹਿੰਦੇ ਜੀ ਅਸੀਂ ਹੁਣ ਰਿਤਿਕ ਰੋਸ਼ਨ ਆਂਗਰ ਬਣਨਾ ਕੇ ਸਰ ਉਹ ਸਿਕਸ ਪੈਕ ਪਤਾ ਨੀ ਉਹ ਸ਼ੀਸ਼ਾ ਜੀ ਦੇਖੀ ਜਾਂਦੇ ਤੁਹਾਡੇ ਨਿਆਣੇ ਦੇਖਦੇ ਹੋਣੇ ਕਿ ਮੰਮੀ ਮੇਰਾ ਸਿਕਸ ਪੈਕ ਨਹੀਂ ਦਿਸਿਆ ਹਲੇ ਪਤਾ ਨਹੀਂ ਕਿਹੜੇ ਪੈਕ ਨੂੰ ਲੱਭੀ ਜਾਂਦੇ ਆਂਟੀਆਂ ਬੈਠੀਆਂ ਹੋਣੀਆਂ ਘਰ ਨੂੰ ਤੇ ਪਤਾ ਨਹੀਂ ਦਾਦੇ ਮਾਉਣਾ ਕਿਹੜਾ ਪੈਕ ਨੂੰ ਤੇ ਬੱਚੇ ਲੱਭੀ ਜਾਂਦਾ ਬੱਚੇ ਉਹ ਮਿਲਕ ਸ਼ੇਕ ਪੀ ਜਾਂਦੇ ਆ ਪਾਣੀ ਨਾਲ ਭਰ ਭਰ ਕੇ ਉਹ ਪਤਾ ਨਹੀਂ ਕੀ ਪੀਂਦੇ ਆ ਮਿਲਕ ਸ਼ੇਕਾਂ ਕੇ ਹੱਥ ਨਾ ਦੁੱਧ ਵੀ ਨਹੀਂ ਪਾਉਂਦੇ ਉਹ ਪਾਣੀ ਵਾਲੀਆਂ ਮਿਲਕ ਸ਼ੇਕਾਂ ਹੁੰਦੀਆਂ ਚਲੋ ਇਹ ਸਾਰੀ ਗੱਲਾਂ ਬੜੇ ਸੀ ਬ੍ਰੇਕ ਤੋਂ ਬਾਅਦ ਕਰਨੀਆਂ ਕਿ ਕੀ ਕੁਛ ਪੀਣਾ ਤਾਂ ਐਕਸਰਸਾਈਜ਼ ਕਿੱਦਾਂ ਦੀ ਕਰਨੀ ਕਿੱਦਾਂ ਦੀ ਨਹੀਂ ਉਹਦੇ ਬਾਰੇ ਵਿੱਚ ਵੀ ਤੁਹਾਤੋਂ ਟੈਕਨੀਕ ਸਿੱਖਾਂਗੇ ਇਹ ਸਾਰੀਆਂ ਗੱਲਾਂ ਕਰਨੀਆਂ ਸੀ ਬ੍ਰੇਕ ਤੋਂ ਮੈਂ ਤੁਹਾਡਾ ਹਰਜਾਬ ਤੇ ਹਰੇਕ ਮੰਡੇ 7 ਵਜੇ ਤੁਸੀਂ ਤੇ ਮੈਂ ਆਪਸ ਵਿੱਚ ਗੱਲਾਂ ਕਰਾਂਗੇ ਸਾਡੀ ਕਮਿਊਨਿਟੀ ਦੀਆਂ ਸਾਡੇ ਬੱਚਿਆਂ ਦੀਆਂ ਸਾਡੇ ਬਾਹਰ ਰਹਿੰਦੇ NRI ਦੀਆਂ ਸਾਡੇ ਦੇਸ਼ ਦੀਆਂ ਤੇ ਜੋ ਅੱਜ ਕੱਲ੍ਹ ਦੇ ਇਸ਼ੂ ਹੈਗੇ ਸਾਨੂੰ ਅਫੈਕਟ ਕਰਦੇ ਉਹਨਾਂ ਦੀਆਂ ਸੋ ਲੈਟਸ ਟਾਕ ਵਿਦ ਹਰਜਾਬ